ਅਤੇ ਅੱਜ ਜੋ ਟੋਲ ਪਲਾਜ਼ਾ ਉਹ ਅਸੀਂ ਐਂ ਨਹੀਂ ਘੇਰਨਾ, ਇਹ ਸਾਡੀ ਮਜਬੂਰੀ ਆ, ਕਿਉਂਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਗੱਲ ਸੁਣਨ ਦੀ ਬਜਾਏ ਸਾਡੇ ਉੱਪਰ ਜ਼ਬਰ ਜ਼ੁਲਮ ਕਰ ਰਹੀ ਹੈ। ਸਾਡੇ ਕਿਸਾਨਾਂ ਦਾ ਜ਼ਮਹੂਰੀ ਹੱਕ ਆ ਕਿ ਆਪਣੀ ਆਵਾਜ਼ ਜੋ ਕੀਤੇ ਹੋਏ ਵਾਅਦੇ ਨੇ, ਮੰਨੀਆਂ ਹੋਈਆਂ ਮੰਗਾਂ ਨੇ, ਉਹਨਾਂ ਨੂੰ ਲਾਗੂ ਕਰਾਉਣ ਦੀ ਖਾਤਰ ਪੌਣੇ 2 ਸਾਲ ਹੋ ਗਏ ਟਾਲ ਮਟੋਲ ਦੀ ਨੀਤੀ 'ਤੇ ਆ। ਜਿਹੜਾ ਪਹਿਲਾਂ ਲਿਖਤੀ ਰੂਪ ਦੇ ਵਿੱਚ ਸਾਡੇ ਨਾਲ ਸਮਝੌਤਾ ਕੀਤਾ ਸੀ ਦਿੱਲੀ ਵਾਲਾ, ਅਤੇ ਉਹਨੇ ਸਾਨੂੰ ਲਾਗੂ ਕਰਨ ਦੀ ਬਜਾਏ ਟਾਲ ਮਟੋਲ ਨੀਤੀ 'ਤੇ ਆ ਰਹੀ ਹੈ ਸਰਕਾਰ। ਉਹਦੇ ਖਿਲਾਫ਼ ਚਲੋ ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਵੱਲ ਕੂਚ ਕਰਨ ਜਾ ਰਹੇ ਹਾਂ ਕਿਸਾਨ, ਤਾਂ ਸ਼ੰਭੂ ਬਾਰਡਰ 'ਤੇ ਅਤੇ ਹੋਰ ਬਾਰਡਰਾਂ ਦੇ ਉੱਪਰ ਜੋ ਸਾਡੇ ਉੱਪਰ ਲਾਠੀਆਂ ਗੋਲੀਆਂ ਬਣਾਈਆਂ ਜਾ ਰਹੀਆਂ ਨੇ, ਕੱਲ ਠੋਕੇ ਜਾ ਰਹੇ ਨੇ, ਕੰਧਾਂ ਬਣਾਈਆਂ ਜਾ ਰਹੀਆਂ ਨੇ ਅਤੇ ਜ਼ਬਰ ਜ਼ੁਲਮ ਕੀਤਾ ਜਾ ਰਿਹਾ, ਤਾਂ 2 ਕਿਸਾਨ ਆ ਜਿਹੜੇ ਉਹਦੇ ਵਿੱਚ ਸ਼ਹੀਦ ਵੀ ਹੋ ਗਿਆ। ਇਹ ਸਰਕਾਰ ਗੱਲ ਮੰਨਣ ਦੀ ਬਜਾਏ ਜ਼ਬਰ ਉੱਤੇ ਆਈ ਹੋਈ ਹੈ। ਫਾਸੀਬਾਦ ਦਾ ਜਿਹੜਾ ਦੌਰ ਆ, ਕੱਲ੍ਹ ਦਾ ਸਮਾਂ ਮਿਲਿਆ, ਕੱਲ੍ਹ ਗੱਲਬਾਤ ਹੋ ਸਕਦੀ ਹੈ ਐਤਵਾਰ ਨੂੰ। ਅੱਜ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਵੀ ਮੀਟਿੰਗ ਹੈ, ਉਹ ਵੀ ਇਹ ਰਣਨੀਤੀ ਦੇਖਦੇ ਹੋਏ ਆਪਣੀ ਰੂਪਰੇਖਾ ਅੱਜ ਸ਼ਾਮ ਤੱਕ ਤਿਆਰ ਕਰਨਗੇ। ਜਿਹੜੀ ਕੱਲ੍ਹ ਦੀ ਮੀਟਿੰਗ ਵਾਲੀ ਗੱਲ ਹੈ, ਉਹਨਾਂ ਨੇ ਪਹਿਲਾਂ ਵੀ 2 ਮੀਟਿੰਗਾਂ ਕੀਤੀਆਂ ਨੇ। ਇਹ ਮੀਟਿੰਗਾਂ ਨਾਲ ਸਾਨੂੰ ਵੀ ਪਤਾ ਹੈ ਵੀ ਦਿੱਲੀ ਦੇ ਵਿੱਚ ਅਸੀਂ 12 ਮੀਟਿੰਗਾਂ ਕੀਤੀਆਂ ਸੀ, ਉਹ ਮੀਟਿੰਗਾਂ ਦੇ ਵਿੱਚ ਫਿਲਹਾਲ ਫਿਰ ਅੱਜ ਕਰਾਂਗੇ, ਕੱਲ੍ਹ ਕਰਾਂਗੇ, ਪਰਸੋਂ ਰੱਖ ਲਓ, ਚੌਥੇ ਰੱਖ ਲਓ। ਇਹ ਜਿਹੜੀ ਡਾਂਗਣ ਪਾਉਣ ਵਾਲੀ ਨੀਤੀ ਆ, ਇਹਦੇ ਪਿੱਛੇ ਮਕਸਦ ਇਹ ਵੀ ਆ ਵੀ ਆਹ ਇੱਕ ਦੋ 12 ਹੋਰ ਮੀਟਿੰਗਾਂ ਲੈ ਕੇ ਟਾਈਮ ਦੇ ਦਿਓ, ਉਦੋਂ ਬਾਅਦ ਚੋਣਾਂ ਆ ਰਹੀਆਂ ਨੇ, ਚੋਣਾਂ ਦਾ ਜਾਬਤਾ ਜੂਬਤਾ ਹੋ ਜੂਗਾ, ਸਾਨੂੰ ਬਹਾਨਾ ਬਣ ਜੂਗਾ ਵੀ ਹੁਣ ਤਾਂ ਜਾਬਤਾ ਲੱਗ ਗਿਆ ਸੀ, ਕੋਈ ਕਰ ਨਹੀਂ ਸਕਦੇ ਹੈ। ਪਰ ਕੁਛ ਮੰਗਾਂ ਤਾਂ ਜਿਹੜੀਆਂ ਇਹਨਾਂ ਦੇ ਹੱਥ 'ਚ ਨੇ, ਤਾਂ ਜਰੇ ਫੋਰੀ ਕਰਨ ਵਾਲੀਆਂ ਨੇ, ਉਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਕੰਟਰੋਲ ਮੁਕਤ ਕਰਤਾ ਜੀ ਅੱਜ ਕੰਟਰੋਲ ਮੁਕਤ ਕਰਤਾ, ਇਹ ਕੱਲ੍ਹ ਤੱਕ ਜਾਰੀ ਰਹੂਗਾ ਜੀ। ਮਤਲਬ ਇਹ 2 ਦਿਨ ਦਾ ਟੋਲ? ਹਾਂ, 2 ਦਿਨ ਦਾ ਸਾਡਾ ਸੂਬਾ ਕਮੇਟੀ ਵੱਲੋਂ ਜਿਹੜਾ ਪ੍ਰੋਗਰਾਮ ਹੈ, ਇਹ ਟੋਲ ਫਰੀ ਦਾ, ਅਤੇ 3 ਭਾਜਪਾ ਦੇ ਜਿਹੜੇ ਆਗੂ ਹੈ, ਜਿਵੇਂ ਪਟਿਆਲੇ ਵਾਲਾ, ਬਰਨਾਲੇ ਵਾਲਾ ਅਤੇ ਜਾਖੜ ਹੈ, ਅਤੇ ਉਹਨਾਂ ਦੇ ਜਿਹੜੇ ਉਹ ਹੈਗੇ ਮਿਨਿਸਟਰ, ਉਹਨਾਂ ਦੇ ਘਰਾਂ ਦੇ ਅੱਗੇ ਲਗਾਤਾਰ ਉਹ ਘਰਾਓ ਕੀਤਾ ਜਾ ਰਿਹਾ। ਇਹ 2 ਲਗਾਤਾਰ ਪ੍ਰੋਗਰਾਮ ਨੇ ਭਾਜਪਾ ਦੇ ਘਰਾਓ ਦਾ, ਅਤੇ ਆ ਜਿਹੜਾ ਟੋਲ ਪਰ ਫਰੀ ਕਰਨ ਦਾ। ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜ਼ਿਲ੍ਹਾ ਲੁਧਿਆਣਾ। ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫਿਰ ਤੋਂ ਬੰਦ ਕਿੰਨੇ ਦਿਨਾਂ ਲਈ ਕੀਤਾ ਗਿਆ? ਇਹ ਜੀ, ਸਾਡੇ ਤੁਸੀਂ ਕੱਲ੍ਹ ਹੀ ਐਲਾਨ ਕੀਤਾ, ਸਾਡੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜੀ ਨੇ, ਜੋ ਪਿਛਲੇ ਦਿਨੀ ਜਿਹੜੇ ਸਾਡੇ ਕਿਸਾਨ ਭਰਾਵਾਂ 'ਤੇ ਸ਼ੰਭੂ ਬਾਰਡਰ 'ਤੇ, ਖਨੌਰੀ ਬਾਰਡਰ 'ਤੇ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਖੱਟਰ ਸਰਕਾਰ ਹਰਿਆਣੇ ਵੱਲੋਂ ਅਤੇ ਸੈਂਟਰ ਸਰਕਾਰ ਬੀਜੇਪੀ ਵੱਲੋਂ, ਜਿਹੜੀਆਂ ਸਾਡੀਆਂ ਸਾਂਝੀਆਂ ਮੰਗਾਂ ਜੋ ਮੰਨੀਆਂ ਹੋਈਆਂ ਬਣਵਾਉਣ ਲਈ, ਅਤੇ ਉਹਦੇ ਹੱਕ 'ਚ ਜਿਵੇਂ ਰੇਲਾਂ ਰੋਕੀਆਂ ਸੀਗੀਆਂ, ਅਤੇ ਕੱਲ੍ਹ ਭਾਰਤ ਬੰਦ ਦਾ ਐਡਾ ਵੱਡਾ ਲੋਕਾਂ ਨੇ ਸਾਥ ਦਿੱਤਾ ਵਾ ਕਿ ਪੂਰੀਆਂ ਟਰੇਡ ਯੂਨੀਅਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਸਕੇਮ ਸੰਯੁਕਤ ਕਿਸਾਨ ਮੋਰਚੇ ਨੇ, ਅਤੇ ਪੂਰਾ ਭਾਰਤ ਲੋਕਾਂ ਨੇ ਸਾਥ ਦਿੱਤਾ ਬੰਦ ਕੀਤਾ। ਅਤੇ ਕੱਲ੍ਹ ਅਸੀਂ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਦੇ ਜਿਹੜੇ ਟੋਲ ਨੇ ਉਹਨਾਂ ਨੂੰ ਫਰੀ ਕੀਤਾ ਜਾਊ। ਇਸ ਰੋਸ ਵਜੋਂ ਅੱਜ BKU ਅਗਰਾਹਾਂ ਵੱਲੋਂ, ਜੋ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਪੰਜਾਬ ਦਾ ਮਹਿੰਗਾ ਟੋਲ ਆ ਅਤੇ ਵੱਡਾ ਟੋਲ ਆ, ਉਹਨੂੰ ਬੰਦ ਕਰਾਉਣ ਲਈ ਅੱਜ ਅਸੀਂ ਇਹ ਅੱਜ ਤੋਂ ਲੈ ਕੇ ਕੱਲ੍ਹ 2 ਦਿਨ ਦਾ ਇਹ ਸਾਡਾ ਜਥੇਬੰਦੀ ਸੂਬਾ ਕਮੇਟੀ ਵੱਲੋਂ ਜੋ ਫੈਸਲਾ ਆਇਆ ਵਾ ਕਿ ਪ੍ਰੋਪਰ ਬੰਦ ਰਹੂਗਾ, ਅਤੇ ਨਾਲ ਹੀ ਸਾਡੀ ਜਦੋਂ ਮੀਟਿੰਗ ਹੋ ਗਈ, SKM ਦੀ ਮੀਟਿੰਗ ਹੋ ਗਈ ਸਰਕਾਰ ਨਾਲ, ਦੂਸਰੀਆਂ ਮੀਟਿੰਗਾਂ ਵੀ ਹੋ ਗਈ, ਜਦੋਂ ਸਾਨੂੰ ਐਕਸ਼ਨ ਦਾ ਆਊਗਾ, ਨਹੀਂ 2 ਦਿਨ ਲਈ ਫਿਲਹਾਲ ਅਸੀਂ ਇਹਨੂੰ ਟੋਲ ਰਹਿਤ ਫਰੀ ਰੱਖਾਂਗੇ। 18 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ, ਕੋਈ ਸਿੱਟਾ ਨਿਕਲੇਗਾ ਮੀਟਿੰਗ ਦੇ ਵਿੱਚ? ਦੇਖੋ, ਸਿੱਟਾ ਮੀਟਿੰਗਾਂ ਬਹੁਤ ਹੁੰਦੀਆਂ ਨੇ, ਦਿੱਲੀ ਮੋਰਚੇ ਵੇਲੇ ਪਹਿਲੇ ਵੇਲੇ 14 ਮੀਟਿੰਗਾਂ ਹੋਈਆਂ, ਫਿਰ ਜਾ ਕੇ ਆਖਰ ਨੂੰ ਝੁਕਣਾ ਪਿਆ ਸਰਕਾਰ ਨੂੰ, ਅਤੇ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਉਹਨਾਂ ਦਾ, ਪਰ ਸਰਕਾਰ ਮੰਗ ਵੱਡੀ ਆ, ਲੜਾਈ ਇਕੱਠਿਆਂ ਹੋ ਕੇ ਲੜਨੀ ਪੈਣੀ ਆ। ਇਸ ਕਰਕੇ ਸਾਡੀ ਜਥੇਬੰਦੀ ਨੇ ਐਲਾਨ ਕਰਤਾ ਸੀ ਪਰਸੋਂ, ਪ੍ਰਧਾਨ ਜੋਗਿੰਦਰ ਸਿੰਘ ਰਾਹਾਂ ਜੀ ਨੇ ਕਿਹਾ ਸੀ ਪਰਸੋਂ ਤੱਕ ਜੇ ਸਿੱਟਾ ਨਾ ਨਿਕਲਿਆ ਤਾਂ ਦਿੱਲੀ ਵੱਲ ਨੂੰ ਕੂਚ ਕਰਾਂਗੇ। 24 ਘੰਟੇ ਇੱਥੇ ਧਰਨਾ ਲੱਗੂਗਾ? ਹਾਂਜੀ ਹਾਂਜੀ, 24 ਘੰਟੇ ਰਾਤ ਨੂੰ ਵੀ ਇੱਥੇ ਹੀ ਹੋਵਾਂਗੇ ਜੀ, ਅਤੇ ਕੱਲ੍ਹ ਤੱਕ ਦਾ ਇਹ ਜਿਹੜਾ ਹੈਗਾ ਮੰਗ ਪੂਰੀ ਹੋ ਜੂਗੀ, ਉਮੀਦ ਹੈ ਮੰਗ ਪੂਰੀ ਹੋਊਗੀ ਜੀ। ਦੇਖੋ, ਸੰਘਰਸ਼ ਲੜਨਾ ਪੈਂਦਾ, ਅੱਗੇ 13 ਮਹੀਨੇ ਲੜੇ ਹਾਂ, 750 ਜਾਨਾਂ ਲੱਗੀਆਂ ਨੇ, ਸ਼ਹੀਦ ਹੋਏ ਆ, ਅਤੇ ਸਾਡਾ ਕਿਸਾਨ ਸ਼ਹੀਦ ਵੀ ਹੋ ਗਿਆ ਕੱਲ੍ਹ, ਜੋ ਸ਼ੰਭੂ ਬਾਰਡਰ ਦੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ
ਗਿਆਨ ਸਿੰਘ ਉਹਨਾਂ ਦਾ ਨਾਂ ਸੀ ਜਿਹੜਾ ਉਹਨਾਂ ਸ਼ਹੀਦ ਹੋਏ ਆ। ਬਹੁਤ ਨਿੰਦਣਯੋਗ ਆ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਇੰਡੀਆ ਪਾਕਿਸਤਾਨ ਵਾਲਾ ਬਾਰਡਰ ਬਣਾਇਆ ਰੱਖਿਆ ਹੋਇਆ ਪੰਜਾਬ ਅਤੇ ਹਰਿਆਣੇ ਵਾਲਾ, ਤੋ ਗੋਲੀਆਂ ਮਾਰ ਰਹੇ ਨੇ, ਕਥਰੂ ਗੈਸ ਸਿੱਟ ਰਹੇ ਨੇ, ਉਹਦਾ ਅਸੀਂ ਬਹੁਤ ਰੋਸ ਕਰਦੇ ਹਾਂ ਜੀ। ਕੀ ਲੱਗਦਾ ਜੀ ਪਾਰਲੀਮੈਂਟ ਸੈਸ਼ਨ ਦੀ ਗੱਲ ਕਹੀ ਜਾ ਰਹੀ ਖਤਮ ਹੋ ਚੁੱਕਿਆ? ਹਾਂਜੀ, ਦੇਖੋ ਸੈਸ਼ਨ ਦੇ ਵਿੱਚ ਜਿਹੜੀ ਅਸੀਂ ਆਪਦੀ ਗੱਲ ਅਸੀਂ ਤਾਂ ਰੱਖਣੀ ਤਾਂ MP ਨੇ ਜਿਨ੍ਹਾਂ ਨੇ ਲੋਕਾਂ ਨੁਮਾਇੰਦੇ ਚੁਣ ਕੇ ਭੇਜੇ ਆ, ਜਿਨ੍ਹਾਂ ਨੇ ਗੱਲ ਜਿੰਨੀ ਕੁ ਰੱਖੀ ਆ ਉਹ ਸਾਹਮਣੇ ਆ, ਪਰ ਤਾਨਾਸ਼ਾਹੀ ਸਰਕਾਰ ਆ, ਡਿਕਟੇਟਰਸ਼ਿਪ ਸਰਕਾਰ ਆ, ਅਤੇ ਇਹਨਾਂ ਲਈ ਸਾਨੂੰ ਸੰਘਰਸ਼ ਹੀ ਸਾਡਾ ਇਰਾ ਵਾ। ਸੈਸ਼ਨ ਖਤਮ ਹੋ ਜੇ ਪਰ ਜਿੰਨਾ ਟਾਈਮ ਅਜੇ ਸਰਕਾਰ ਦਾ ਸਮਾਂ ਹੈਗਾ ਅਤੇ ਉਹ ਇਹਦੇ ਵਿੱਚ ਲੋਕ ਇਕੱਠੇ ਹੋ ਕੇ, ਕੱਲ੍ਹ ਦੇ ਭਾਰਤ ਬੰਦ ਨੇ ਸਰਕਾਰ ਦੀਆਂ ਜੜ੍ਹਾਂ ਹਿਲਾਤੀਆਂ, 2024 ਨੇੜੇ ਇਲੈਕਸ਼ਨ ਆ, ਸਰਕਾਰ ਧਿਆਨ ਰੱਖੇ, ਸੈਂਟਰ ਦੀ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਆ, ਅਤੇ ਹੁਣ ਆਉਣ ਵਾਲੇ 24 ਦੇ ਵਿੱਚ ਸਰਕਾਰ ਇੰਨੀਆਂ ਜੜ੍ਹਾਂ ਹਿੱਲਣਗੀਆਂ ਅਤੇ ਲੋਕ ਸੰਘਰਸ਼ ਲਈ ਤਿਆਰ। ਨਹੀਂ, ਪੂਰੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਇਹ ਕੌਲ ਆਈ ਆ ਅਤੇ ਇੱਥੇ ਲੁਧਿਆਣੇ ਜ਼ਿਲ੍ਹੇ ਦੀ ਸਭ ਤੋਂ ਮੇਨ ਟੋਲ ਆਪਣਾ ਇਹ ਕਰਕੇ ਪੰਜਾਬ ਦਾ। ਨਹੀਂ, ਫਿਲਹਾਲ ਸਾਡੀ ਜਥੇਬੰਦੀ ਦਾ ਟੋਲ ਆ ਜੀ।